ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਵੀ ਸਾਰੇ ਵਧੀਆ ਹੋਣਗੇ। ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਵੀ ਆ ਨਾ ਕਿ ਆਪਾਂ ਰੈਡੀ ਹੋ ਗਏ, ਰੋਟੀ ਖਾ ਲਈ ਵੀ ਆ, ਬਾ ਕੰਮ ਨੂੰ ਨਿਕਲ ਲੱਗੇ ਆ। ਕੱਲ੍ਹ ਸੰਡੇ ਦਾ ਕੱਲ੍ਹ ਰੈਸਟ ਭਰੇ ਤੇ ਆਪਾਂ ਕੱਲ੍ਹ ਕੰਮ ਗਏ ਤੇ ਕਿਤੇ ਬਾਹਰ, ਤੇ ਜਿਹੜੀ ਕੱਲ੍ਹ ਕਿਲੇ ਵਾਲੀ ਵੀਡੀਓ ਦੇਖੀ ਤੁਸੀਂ, ਉਹ ਵੀ ਕਿਲਾ ਉੱਥੇ ਦਾ ਗੁਰਦੁਆਰੇ ਦੇ ਨਾਲੇ ਕਨੋਲੇ ਪਿੰਡ ਗਏ ਤੇ ਕੱਲ੍ਹ ਅਸੀਂ ਕਨੋਲੇ ਪਿੰਡ 'ਚ ਦਾ ਕਿਲਾ ਕੱਲ੍ਹ ਉਹ ਜਿਹੜਾ ਤੁਸੀਂ ਦੇਖਿਆ ਪਿਛਲੀ ਵੀਡੀਓ 'ਚ, ਤੇ ਕੰਮ ਆਪਾਂ ਨੇ ਰੋਪੜੇ ਲਾਇਆ ਵਾ ਆਈਲੈਟਸ ਵਾਲਿਆਂ ਦੇ। ਪਹਿਲਾਂ ਸੋਚਿਆ ਤਾਂ ਵੀ ਚੱਲ 2 ਕੁ ਦਿਨ ਦਾ ਕੰਮ ਆ ਵੀ ਮੁੱਕ ਜਾਣਾ, ਚਲੋ ਕੋਈ ਨਹੀਂ ਆ, ਇੱਥੇ 2 ਦਿਨ ਲੱਗਣਾ ਤੇ 3 ਦਿਨ ਸਹੀ ਜੇ, ਤੇ 3 ਦਿਨ ਲੱਗਣਾ ਤੇ 4 ਦਿਨ ਸਹੀ। ਕਈ ਵਾਰ ਮਾਲਕਾਂ ਨੂੰ ਇਦਾਂ ਹੁੰਦਾ ਵੀ ਹੁਣ ਕੰਮ ਲੱਗਿਆ ਵੀ ਜਿਹੜੇ ਕੰਮ ਛੋਟੇ ਮੋਟੇ ਹੈਗੇ ਸਾਰੇ ਕੰਮ ਕਰਾ ਲੈਂਦੇ ਆ, ਤੇ ਤਾਂ ਕਰਕੇ ਮਾਲਕਾਂ ਨੂੰ ਲਾਲਚ ਹੁੰਦਾ ਮਾੜਾ ਮੋਟਾ ਵੀ ਵਾਰ ਵਾਰ ਕਾਹਨੂੰ ਕੰਮ ਛੇੜਨਾ ਵੀ ਇੱਕ ਵਾਰ 'ਚ ਸਾਰਾ ਕੰਮ ਫਾਈਨਲ ਹੋ ਜਾਊਗਾ। ਚਲੋ ਕੋਈ ਗੱਲ ਨਹੀਂ, ਜਿੱਥੇ 2 ਦਿਨ ਸਹੀ ਉੱਥੇ 4 ਦਿਨ ਲੱਗ ਜੂਗੇ ਹੋਰ। ਬਾਕੀ ਕੰਮ ਪਰ ਨਿਕਲ ਚੱਲਦੇ ਆ, ਤੇ ਕੰਮ ਪਰ ਮਿਲਦੇ ਜਾ ਕੇ, ਕੰਮ ਆਪਣੇ ਰੁਪੜੇ ਜਾਣਾ, ਕੰਮ ਪਰ ਮਿਲਦੇ ਜਾ ਕੇ ਫਿਰ। ਪੌਣੇ 11 ਹੋ ਗਏ ਵੀ, ਹੁਣ ਚਾਹ ਦਾ ਟਾਈਮ ਹੋ ਗਿਆ ਵਾ, ਚਾਹ ਬਣਾ ਲੈਂਦੇ ਆ। ਅਤੇ ਦੁੱਧ ਨਹੀਂ ਰਹੇਗਾ ਬਾਈ, ਦੁੱਧ ਲੈਣ ਗਿਆ ਵਾ, ਉਹ ਵੀ ਆ ਗਿਆ ਵਾ, ਉਹ ਆ ਰਿਹਾ ਤੁਰ ਕੇ ਉੱਧਰ। ਮੈਂ ਕਿਹਾ ਚੱਲ ਤੂੰ ਦੁੱਧ ਲਿਆ, ਚਾਹ ਮੈਂ ਬਣਾ ਲੈਂਦਾ। ਚਾਹ 'ਚ ਪੀ ਲੈਂਦੇ ਆ, ਚਾਹ ਪੀ ਕੇ ਫਿਰ ਕੰਮ ਸਟਾਰਟ ਕਰਦੇ ਦੁਬਾਰੇ। ਗੁੜੀਆਂ ਤਾਂ ਮਿਲੇ ਨਹੀਂ ਯਾਰ, ਗੁੜੀਆਂ ਮੰਗਾਉਣਾ ਪੈਣਾ ਉਹਦੇ ਯਾਰ। ਕਰੂੰਗਾ ਫੋਨ, ਚਾਹ ਬਣਾਵਾਂ ਮੈਂ। ਹੈਂ ਮਾੜਾ ਕਹਿ ਦੇ ਉਹਨੂੰ, ਕਹਿ ਜੇ 2 ਗੁਣੀ 1 ਭੇਜ ਦੇ, ਕਿ ਉਹਨਾਂ ਨੂੰ ਵੀ ਚਾਹੀਦਾ ਹੁਣ ਫਿਰ। ਅਤੇ ਸਭ ਤੋਂ ਪਹਿਲਾਂ ਚਾਹ ਪੀਂਦੇ ਆ, ਅਤੇ ਉਹਦੇ ਬਾਅਦ ਫਿਰ ਅੱਗੇ ਕੰਮ ਸਟਾਰਟ ਕਰਦੇ ਆ। ਉਹੀ ਖਿਜੀ ਜਾਂਦਾ ਨਾ, ਕਾਰੀਗਰ ਤਾਂ ਬਹੁਤ ਬਣਦਾ ਨਾ, ਆਉਂਦਾ ਜਾਂਦਾ ਨਹੀਂ ਕੋਲ। ਸਤਿ ਸ਼੍ਰੀ ਅਕਾਲ ਜੀ, ਹਮ ਬਣਾ ਰਹੇ ਹਾਂ ਚਾਏ, ਬੀਜ ਪਾ ਰਹੇ ਹਾਂ ਕੌਫੀ, ਔਰ ਸ਼ਹਿਦ ਵੀ ਡਾਲਤੇ ਹੈ। ਹਮੇ ਗਰਮੀ ਕਾ ਕੋਈ ਚੱਕਰ ਨਹੀਂ ਹੈ, ਠੰਡ ਤੋਂ ਹਮਾਰੇ ਮੇਂ ਬਹੁਤ ਬੜੀ ਹੋਈ ਹੈ। ਚਾਈ ਪੱਤੀ ਕੇ 2 ਚਮਚੇ, ਇੱਕ ਮੋਮਬੱਤੀ ਡਾਲਤੇ ਹੈ ਚਾਏ ਮੇਂ, ਬਕਵਾਸ ਮਾਰੀ ਹੈ, ਨਮਕ ਡਾਲਨਾ ਤੋਂ ਪੜਾ ਹੈ, ਭਾਂਡੇ ਕੀ ਕੋਈ ਕਮੀ ਨਹੀਂ ਹੈ, ਲੰਗਰ ਲਗਾ ਦੇਗੇ ਯਹਾਂ ਪੇ, ਦੇਖ ਲੋ ਯਹਾਂ ਪੇ ਬਦਾਮ ਵੀ ਪੜੇ ਹੈ, ਕਾਜੂ ਪੜੇ ਹੈ, ਖਾ ਖਾ ਕੇ ਯਹਾਂ ਪੇ ਤਕੜੇ ਹੋਏ ਹੋਏ ਹੈ। ਤੂੰ ਕਰੇ ਏਸੀ ਦੇਖ ਆਉਣ ਕਰਕੇ ਯਾਰ, ਏਸੀ ਥੱਲੇ ਬੈਠੀ 5 ਮਿੰਟ ਏਸੀ ਦੇਖ ਲਾ ਓਨ ਕਰਕੇ, ਉੱਧਰ ਵੀ ਰਿਮੋਟ ਆਉਂਦਾ ਉਹਨਾਂ ਨੇ, ਬੜਾ ਠੰਡੀ ਹਵਾ ਲੈ ਲੈਂਦੇ ਆ, ਗਰਮੀ 'ਚ ਮਨ ਆਪਾਂ ਜਗੇ। ਚਾਹ ਬਣ ਗਈ ਆਪਣੀ, ਚਾਹ ਪੀ ਲੈਂਦੇ ਆ। ਅਸੀਂ ਸੋਚਿਆ ਚੱਲ ਏਸੀ ਓਨ ਕਰਕੇ ਦੇਖ ਲੈਂਦੇ, ਮਾੜੀ ਮੋਟੀ ਠੰਡੀ ਹਵਾ ਲੈ ਲੂੰਗੇ, ਪਰ ਚੱਲੇ ਨਹੀਂ ਹੈਗਾ ਇਹ, ਲਾਈਟਾਂ ਤਾਂ ਬਲ ਗਈਆਂ, ਸੁੱਚ ਪਤਾ ਨਹੀਂ ਕਿੱਥੇ ਇਹਦਾ, ਏਸੀ ਦਾ ਤਾਂ ਬੇੜਾ ਹੀ ਕਰਕੇ, ਰਿਮੋਟ ਪਰ ਤੇ ਵੀ ਨਹੀਂ ਚੱਲਦਾ ਹੈਗਾ, ਦੇਸਾ ਚਲਾ ਗਿਆ, ਰਹਿਣ ਦੇ ਤੇ ਚੱਲਣਾ ਹੈਗਾ, ਫਿਰ ਪੱਕਾ ਸੁੱਚ ਸੱਚ ਹੋਣਾ ਹੋ ਜਾਈਦਾ ਯਾਰ। ਹੈਂ ਏ ਸੀ ਤਾਂ ਚੱਲਿਆ ਨਹੀਂ ਹੈਗਾ, ਅਸੀਂ ਸੋਚਿਆ ਚੱਲ ਪੱਖਾ ਹੀ ਚਲਾ ਲੈਂਦੇ ਆ, ਪੱਖੇ ਦੀ ਹਵਾ ਲੈ ਲੈਂਦੇ, ਜਦ ਤੱਕ ਚਾਹ ਪੀਂਦੇ ਆ। ਹੈਂ ਚਾਹ ਪੀ ਗਏ ਅਤੇ ਆਪਾਂ ਨੂੰ ਚੱਲਦੇ ਫਿਰ, ਆਪਾਂ ਕੰਮ ਕਰ ਲੈਂਦੇ ਜਾ ਕੇ, ਠੀਕ ਹੈ ਮਿਸਤਰੀ। ਤੂੰ ਸਮਾਨ ਦੇਖੀ ਕਰ ਗਿਆ ਵਿਆਹ ਗਿਆ ਨਹੀਂ, ਦੂਆ ਕਾਊਂਟਰ ਕੱਢਿਆ ਮੈਂ ਕਹਿੰਦਾ ਵਿੱਚ ਦੇ ਨਾ, ਇਹ ਜਿਹੜਾ ਉੱਪਰ ਵਾਲਾ ਪੱਟਿਆ। ਚੰਗੜੀ ਬਣਾ।
ਮੇਲਾ ਖੋਲ ਕੇ ਦੇਖ ਲੈ ਖੋਲਦਾ ਮਾੜਾ ਮੋਟਾ ਕਿਹੜੇ ਸਟਾਰ ਵਾਲੇ ਪੇਜ ਕਮੈਨਸ ਵਾਲੇ ਡਰਿਲ ਨਾਲ ਖੋਲ ਕੇ ਦੇਖ ਮਾੜਾ ਜਿਹਾ ਜੇ ਖੋਲਦੇ ਆ आहो ठीक है मिस्त्री वधिया बन गया ना एक भी तुर लगना ना उधर तो उपले है ना इधर ला पास सही है ना ये पगड़ी बनाती था ये किदी पगड़ी है हाँ हाँ तेरना है लेकिन बंदे यार रखे ठीक है बाकी दो कराने ला जाने किरण लगनी है ना ਮੈਂ ਕਹਿੰਦਾ ਫਟੇ ਪਹਿਲਾਂ ਤੁਹਾਨੂੰ ਇੱਕ ਲਾ ਲਈ ਆਪਾਂ ਬੜੇ ਨੂੰ ਪਹਿਲਾਂ ਹੀ ਲਾ ਇਹਨੂੰ ਪਹਿਲਾਂ ਹੀ ਹੈ ਨਾ ਡਬਲ ਦੋਵਾਂ ਸਾਈਡ ਦੋਨੋਂ ਸਾਈਡ ਜਿਹੜਾ ਆ ਪੀਸ ਹੈ ਨਾ ਫਿਰ ਮਿਲਾ ਕੇ ਲਾ ਦੂੰਗਾ ਇਹਦੇ ਨਾਲ ਹੈ ਨਾ ਕਿਹਨੂੰ ਆ ਪੀਸ ਤੁਹਾਨੂੰ ਮਿਲਾ ਕੇ ਕਿਹਨੂੰ ਲਾਣਾ ਟੱਕ ਨਹੀਂ ਦੇਖੂੰਗੇ ਮਿਲਾ ਕੇ ਲਾਉਂਗੇ ਲੰਚ ਟਾਈਮ ਹੋ ਗਿਆ ਆਪਣਾ ਰੋਟੀ ਖਾ ਲੈਂਦੇ ਆ ਰੋਟੀ ਖਾ ਕੇ ਫਿਰ ਰੈਸਟ ਕਰਕੇ ਦੁਬਾਰਾ ਕੰਮ ਪਰ ਲੱਗਦੇ ਆ ਫਿਰ ਬਾਈ ਨੂੰ ਡਿੱਕਣ ਲੱਗੇ ਉਹ ਪਰਾਂਗੇ ਉਧਰ ਜਿੱਧਰ ਪੌੜੀ ਦਾ ਕੰਮ ਲੈਬ ਦਾ ਉਧਰ ਗਏ ਵੇ ਤਿੰਨ ਜਣੇ ਤੇ ਉਹ ਆ ਜਵੇ ਫਿਰ ਰੋਟੀ ਖਾ ਲੈਂਦੇ ਆ ਬਰੀਕੀ 'ਚ ਨਿਸ਼ਾਨ ਲਾਉਂਦੇ ਆਹ ਸਾਡਾ ਉਸਤਾਦ ਜੀ ਪੈਂਸਲਾਂ ਲੈ ਗਿਆ ਵਾ ਜਮਾਂ ਹੀ ਜੀਰੋ ਨਿਸ਼ਾਨ ਮਾਰ ਕਟਿੰਗ ਹੈ ਜੀਰੋ ਕਰਦੇ ਆ ਕੀੜੀ ਵੀ ਨਹੀਂ ਲੰਘ ਸਕਦੀ ਸਮੈਕੇ 'ਚੋਂ ਇਹ ਸਾਡੀਆਂ ਆਸਟ੍ਰੇਲੀਆ ਤੋਂ ਲੈ ਕੇ ਆਇਆ ਵਾ ਇਹਨਾਂ ਡੱਬੀ ਦੇਖ ਲਓ ਸਪੈਸ਼ਲ ਆ ਸਾਡਾ ਰਾਜੂ ਉਸਤਾਦ ਜੀ ਮਿਸਤਰੀ ਮੰਤਰੀ ਕੰਮ ਪਰ ਕਦੇ ਗੇੜਾ ਨਹੀਂ ਮਾਰਿਆ ਜੋ ਕਰਨਾ ਅਸੀਂ ਕਰਨਾ ਜਿੱਥੇ ਦੱਦ ਵੱਢਣੀ ਅਸੀਂ ਵੱਢਣੀ ਠੀਕ ਹੈ ਸਤਿ ਸ਼੍ਰੀ ਅਕਾਲ ਬਲੈਰੋ ਗੱਡੀ ਦੇਖੋ ਮੋਡੀਫਾਈ ਕਰੀ ਵੀ ਜੀ ਵਾਂਗ ਲੱਗਦੀ ਹੈ ਨਾ ਪ੍ਰਦੀਪ ਉਰੇ ਆਵੇ ਉਰੇ ਆ ਉਹ ਗੱਡੀ ਬਲੈਰੋ ਆ ਕਿ ਜੀ ਵਾਂਗ ਨਾ ਜਿਹੜੀ ਮੋਡੀਫਾਈ ਕਰੀ ਵੀ ਆਹ ਕਿਹੜੀ ਆਹ ਆਹ ਸਾਹਮਣੇ ਕਿਹੜੀ ਜਿਹੜੀ ਜਿਹੜੇ ਮਰਸਡੀ ਵਾਲਾ ਲੋਗੋ ਲੱਗਿਆ ਵਾ ਮੇਰੇ ਹਿਸਾਬ ਨਾਲ ਕੀ ਕਰਨ ਨਹੀਂ ਜੀ ਵਾਂਗ ਪਤਾ ਕਿਆ ਨਿਸ਼ਾਨੀ ਹੁੰਦੀ ਸੀ ਜਿਹੜੇ ਪਿੱਛੇ ਵਾਲੇ ਟਾਇਰ ਆ ਨਾ ਜਿਹੜੇ ਪਿੱਛੇ ਵਾਲੇ ਟਾਇਰਾਂ ਦੇ ਮਗਰ ਆੜਾ ਉਹਦੇ ਪਰ ਵੀ ਲਾਈਟ ਲੱਗੀ ਹੁੰਦੀ ਉਹਨੂੰ ਨਹੀਂ 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 ਇਹ ਬਲੈਰੋ ਆਏ ਪਾਗਲ ਨਹੀਂ ਨਹੀਂ ਹਾਂਜੀ ਸਿਰ ਡਵੋ ਰਿਹਾ ਵਿੱਚੋਂ
कता चढ़ गया ना पूछ के रखी है उन्हें रख दी चलो ਉਹਦੇ ਪਿੱਛੇ ਕਿਆ ਗੱਲ ਕਰਦਾ ਥੱਲੇ ਇਹ ਤਾਂ ਵਧੀਆ ਪਾਰਕ ਮਿਲ ਗਿਆ ਖੇਲਣ ਨੂੰ ਅੱਠ ਵਜੇ ਪਹਿਲਾਂ ਘਰ ਆਇਆ ਕੰਮ 'ਤੇ ਉਹਦੇ ਬਾਅਦ ਫੋਨ ਆਇਆ ਖੇਤਾਂ 'ਚ ਅਤੇ ਖੇਤਾਂ 'ਚ ਨੂੰ ਆ ਜਾਓ ਕਣਕ ਕੱਢਣੀ ਹੈ ਉਹਦੇ ਬਾਅਦ ਖੇਤਾਂ 'ਚੋਂ ਲੰਘ ਗਏ ਅਤੇ ਕਣਕ ਕੁਣ ਕੱਢ ਕੇ ਹੁਣ ਆਇਆ ਟਾਈਮ 10:30 ਹੋ ਗਏ ਆਨੂ ਲੈਂਦੇ ਆ ਨਾ ਆਨੂ ਕੇ ਫਿਰ ਰੋਟੀ ਖਾ ਲੈਂਦੇ ਆ ਫਿਰ ਰੈਸਟ ਕਰ ਲੈਂਦੇ ਆ ਅਤੇ ਸਵੇਰ ਨੂੰ ਮਿਲਦੇ ਫਿਰ ਆਪਾਂ ਮੋਰਨਿੰਗ ਟਾਈਮ ਵੀਡੀਓ ਨੂੰ ਸਕਿੱਪ ਨਾ ਕਰਿਓ ਕਰੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਅਤੇ ਵੀ ਚੈਨਲ ਪਰ ਨਵੇਂ ਆਉਂਦੇ ਵੀਰ ਭਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ 'ਚ ਕਿਆ ਵਧੀਆ ਲੱਗਦਾ ਕਿਆ ਕਿਆ ਨਹੀਂ ਲੱਗਦਾ ਸਵੇਰ ਨੂੰ ਮਿਲਦੇ ਫਿਰ ਆਪਾਂ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ।